ਨਕੇਨ ਟੀਵੀ ਦੇਖ ਰਹੇ ਸਰੋਤਿਆਂ ਦਾ ਸਵਾਗਤ ਹੈ ਜਿਵੇਂ ਕਰੀਬ ਸਾਢੇ 3 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਚੁੱਕਾ ਹੈ ਇਹ ਪੰਜਾਬ ਦੇ ਅੰਦਰ ਲਾਕਡਾਊਨ ਹੈ ਕਮ ਬਹੁਤ ਪ੍ਰਭਾਵਿਤ ਹੋਏ ਨੇ ਇਹ ਲਾਕਡਾਊਨ ਨੇ ਇਹ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਪਹਿਲੋਂ ਹੀ ਮਹਿੰਗਾਈ ਬਹੁਤ ਸੀਗੀ ਇਸ ਦੇ ਨਾਲ ਇਸ ਲਾਕਡਾਊਨ ਦੇ ਨਾਲ ਮਹਾਮਾਰੀ ਦੇ ਨਾਲ ਸਾਰੇ ਲਗਭਗ ਸਾਰਿਆਂ ਦਾ ਕਮ ਪ੍ਰਭਾਵਿਤ ਹੋਇਆ ਇਸ ਵੇਲੇ ਅਸੀਂ ਖੜੇ ਹਾਂ ਜ਼ਿਲ੍ਹਾ ਨਵਾਂ ਸ਼ਹਿਰ ਦਾ ਕਸਵਾ ਮੁਕੰਦਪੁਰ ਦੇ ਇੱਕ ਪੈਲਸ ਦੇ ਵਿੱਚ ਆਓ ਮਿਲਦੇ ਹਾਂ ਪੈਲਸ ਦੇ ਮਾਲ ਕਾਨੂੰ ਇਥੋਂ ਦੇ ਮੈਨੇਜਰ ਸਾਹਿਬ ਨੂੰ ਕਿ ਇਹਨਾਂ ਦਾ ਜਿਹੜਾ ਪੈਲਸ ਹੈ ਉਹ ਕਿਵੇਂ ਉਹਨਾਂ ਦਾ ਕਾਰੋਬਾਰ ਹੈ ਔਰ ਪੈਲਸ ਦੇ ਨਾਲ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਰੋਜੀ ਰੋਟੀ ਜੁੜੀ ਹੁੰਦੀ ਹੈ ਜਿਵੇਂ ਇਹ ਹਲਵਾਈ ਹੁੰਦੇ ਆ ਵੈਟਰ ਹੁੰਦੇ ਆ ਤੇ ਬਾਜੇ ਵਾਲੇ ਹੁੰਦੇ ਆ ਡੀਜੇ ਵਾਲੇ ਹੁੰਦੇ ਆ ਲਾਈਟਿੰਗ ਵਾਲੇ ਹੁੰਦੇ ਆ ਡੈਕੋਰੇਸ਼ਨ ਵਾਲੇ ਹੁੰਦੇ ਆ ਪਾਰਕ ਵਾਲੇ ਹੁੰਦੇ ਆ ਤੇ ਹੋਰ ਵੀ ਜਿਹੜੀ ਸਿਕਿਉਰਟੀ ਹੁੰਦੀ ਆ ਲਗਭਗ ਸੈਂਕੜੇ ਲੋਕ ਉਹ ਲੋਕ ਹੁੰਦੇ ਨੇ ਜਿਹੜੇ ਪੈਲਸ ਨਾਲ ਜੁੜੇ ਜੁੜ ਕੇ ਰੋਟੀ ਕਮਾਉਂਦੇ ਨੇ ਰੋਜੀ ਕਮਾਉਂਦੇ ਉਹਨਾਂ ਦੇ ਕੰਮ ਵੀ ਠੱਪ ਨੇ ਉਹ ਮਜਬੂਰ ਆਪਣੇ ਘਰਾਂ ਦੇ ਵਿੱਚ ਭਾਵੇਂ ਲੋਕਡਾਊਨ ਖੁੱਲ ਗਿਆ ਪਰ ਪੈਲਸ ਨਾ ਖੁੱਲਣ ਕਰਕੇ ਉਹਨਾਂ ਦੇ ਲਈ ਅਜ ਵੀ ਲੋਕਡਾਊਨ ਹੀ ਹੈ ਮੈਂ ਮਿਲਾਂਗਾ ਇਸ ਪੈਲਸ ਦੇ ਮੈਨੇਜਰ ਆਬ ਕੁਲਵੀਰ ਤਲਵੰਡੀ ਜੀ ਨੂੰ ਸਭ ਤੋਂ ਪਹਿਲਾਂ ਤਲਵੰਡੀ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਜਾਣਕਾਰੀ ਅਸੀਂ ਇਕੱਠੀ ਕਰ ਰਹੇ ਸੀਗੇ ਐਨ ਕੇ ਐਨ ਟੀਵੀ ਦੇ ਵੱਲੋਂ ਕਿੰਨਾ-ਕਿੰਨਾ ਕੰਮਾਂ ਦਾ ਕਿੰਨਾ-ਕਿੰਨਾ ਲੋਕਾਂ ਦਾ ਕੰਮ ਜਿਹੜਾ ਪ੍ਰਭਾਵਿਤ ਹੋਇਆ ਲਾਕਡਾਊਨ ਦੇ ਦੌਰਾਨ ਐਸ ਕਰਫਿਊ ਦੌਰਾਨ ਮਹਾਮਾਰੀ ਦੇ ਕਰਕੇ ਜਿਵੇਂ ਪੈਲਸ ਹੈ ਅਸੀਂ ਦੇਖ ਰਹੇ ਹਰ ਪਾਸੇ ਇਦਾਂ ਲੱਗਦਾ ਕਿ ਲੰਬਾ ਸਮਾਂ ਹੋ ਗਿਆ ਜਿੱਦਾਂ ਕਰਫਿਊ ਤੋਂ ਪਹਿਲਾਂ ਦਾ ਹੀ ਖੁੱਲਿਆ ਲੱਗਦਾ ਐ ਉਦਾਂ ਦੇ ਹਾਲਾਤ ਲੱਗਦੇ ਨੇ ਕੀ ਕਹਿਣਾ ਚਾਹੋਗੇ ਕਿੰਨਾ ਤੁਹਾਡਾ ਵੀ ਕੰਮ ਜਿਹੜਾ ਉਪਰ ਪ੍ਰਭਾਵਿਤ ਹੋਇਆ ਹੈਗਾ ਲੌਕਡਾਊਨ ਦੇ ਨਾਲ ਕਲਫੂ ਦੇ ਨਾਲ ਸਾਡਾ ਕੰਮ ਜਿਹੜਾ ਉਹ तकरीबन तकरीबन 100% ਹੀ ਪ੍ਰਭਾਵਿਤ ਹੋਇਆ ਜੀ ਬਿਲਕੁਲ ਨੂੰ ਠੱਪ ਕਿਹਾ ਜਾ ਸਕਦਾ ਠੱਪ ਕਿਹਾ ਜਾ ਸਕਦਾ ਕਿਉਂਕਿ ਜਿੱਦਾਂ ਦੇ ਹਾਲਾਤ ਬਣ ਗਏ ਸੀ ਸਾਡਾ ਕੰਮ ਵੀ ਇੱਕ ਗੈਦਰਿੰਗ ਦੇ ਨਾਲ ਜੁੜਿਆ ਹੋਇਆ ਤੇ ਗੈਦਰਿੰਗ ਦੇ ਨਾਲ ਸਬੰਧਤ ਜਿੰਨੇ ਵੀ ਕੰਮ ਆਦੇ ਆ ਉਹ ਸਾਰੇ ਹੀ ਕੰਮ ਜਿਹੜੇ ਆ ਉਹ 100% ਪ੍ਰਭਾਵਿਤ ਹੋਏ ਆ ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਇਹ ਜ਼ਰੂਰ ਕਮਾਗਾ ਕਿ ਬਹੁਤ ਸਾਰੇ ਲੋਕ ਦੇਸ਼ ਤੋਂ ਵਿਦੇਸ਼ ਤੋਂ ਸਾਲ-ਸਾਲ ਪਹਿਲਾਂ ਬੁਕਿੰਗ ਕਰ ਲੈਂਦੇ ਆ ਆ ਚੱਕੋ ਜੀ 25000 2.5 ਲੱਖ ਚ ਤੁਹਾਡਾ ਬੁੱਕ ਹੈ ਜੀ ਬਾਕੀ ਪੈਸੇ ਉਦੋਂ ਦੇਾਂਗੇ ਫਿਰ ਦੇਖੋ ਉਹ ਤਾਂ तकरीबन ਸਾਰੇ ਕੈਨਸਲ ਹੋ ਗਏ ਸਾਡੇ ਕੋਲ ਪੈਸੇ ਮੋੜਨੇ ਪਏ ਫੇ ਹਾਂਜੀ ਸਾਰੇ ਪੈਸੇ ਵੀ ਅਸੀਂ ਵਾਪਸ ਕੀਤੇ ਇਹ ਕਿ ਭਾਈ ਬੰਦੀ ਆ ਪਰ ਸਾਡੇ ਮਾਲਕ ਜਿਹੜੇ ਬਲਿਹਾਰ ਲੋਟੀਆ ਜੀ ਉਹ ਉਹ ਮਤਲਬ ਇਸ ਚੀਜ਼ ਨੂੰ ਕਾਫੀ ਤਰੀਕੇ ਨਾਲ ਨਿਭਾਉਂਦੇ ਆ ਉਹਨਾਂ ਨੇ ਜਿਹੜੇ ਸਾਡੇ ਕੋਲ तकरीबन 10 12 ਫੰਕਸ਼ਨ ਬੁੱਕ ਹੋਏ ਹੋ ਸੀਗੇ 22 ਮਾਰਚ ਨੂੰ ਲਾਕਡਾਊਨ ਲੱਗਿਆ ਉਸ ਤੋਂ ਬਾਅਦ ਜਿਹੜੇ ਆ 15 20 ਦਿਨਾਂ ਦੇ ਵਿੱਚ ਸਾਡੇ ਕੋਲ ਜਿਹੜੇ 10 12 ਫੰਕਸ਼ਨ ਸੀਗੇ ਉਹ ਸਾਰੇ ਕੈਨਸਲ ਹੋਏ ਆ ਔਰ ਅਸੀਂ ਉਹਨਾਂ ਦੇ ਪੈਸੇ ਵੀ ਵਾਪਸ ਕੀਤੇ ਤੇ ਇਹਦੇ ਨਾਲ ਕਿਉਂਕਿ ਸਾਡਾ ਜਿਹੜਾ ਕੰਮ ਆ ਜਿੱਦਾਂ ਹੁਣ ਲੋਕਡਾਊਨ ਹੁਣ ਖੁੱਲਿਆ ਲੋਕਡਾਊਨ ਖੁੱਲਣ ਦੇ ਨਾਲ ਚਲੋ ਕੁਝ ਗਵਰਨਮੈਂਟ ਦੀਆਂ ਹਦਾਇਤਾਂ ਦੇ ਨਾਲ ਕੁਝ ਕੰਮ ਜਿਹੜੇ ਆ ਤਰੀਕੇ ਦੇ ਨਾਲ ਸ਼ੁਰੂ ਹੋਏ ਆ ਪਰ ਸਾਡਾ ਕੰਮ ਜਿਹੜਾ ਇਹ ਗੈਦਰਿੰਗ ਨਾਲ ਰਿਲੇਟਡ ਆ ਤੇ ਸਾਡਾ ਕੰਮ ਜਿਹੜਾ ਬਿਲਕੁਲ ਠੱਪਿਆ ਔਰ ਜਿੱਦਾਂ ਮੈਰਿਜ ਦਾ ਕੰਮ ਆ ਜਿਹੜਾ ਮੈਰਿਜ ਦੇ ਨਾਲ ਇੱਕ ਪੇਲਸ ਵਾਲੇ ਟੈਂਟ ਵਾਲੇ ਬਾਜੀ ਵਾਲੇ ਮੂਵੀ ਵਾਲੇ ਗੱਡੀਆਂ ਵਾਲੇ ਹਲਵਾਈ ਕੈਟਰ ਬੇਟਰ ਡੈਕੋਰੇਸ਼ਨ ਵਾਲੇ ਲਾਈਟਿੰਗ ਵਾਲੇ ਤੇ ਇਸ ਤੋਂ ਇਲਾਵਾ ਹੋਰ ਜਿੱਦਾਂ ਜਿਹੜੀ ਗਰੋਸਰੀ ਆ ਡੀਜੇ ਵਾਲੇ ਫਿਰ ਬਾਜੇ ਵਾਲੇ ਫਿਰ ਆਪਣੇ ఆర్కెస్ట్రా ਗਰੁੱਪ ਐਂਕਰ ਉਹਨਾਂ ਦੀ ਕਈ ਹੋਰ ਪ੍ਰੋਗਰਾਮਾਂ ਲਈ ਕਈ ਕਲਾਕਾਰ ਆ ਉਹ ਉਹਨਾਂ ਦੇ ਮਜਿਸ਼ੀਅਨ ਉਹਨਾਂ ਦੇ ਐਂਕਰ ਉਹ ਉਹ ਤੋਂ ਬਾਅਦ ਵਿੱਚ ਫਿਰ ਜੋ ਵਿਆਹ ਦੇ ਵਿੱਚ ਲੈਣ ਦੇਣ ਦਾ ਸਮਾਨ ਦਿੱਤਾ ਲਿਆ ਜਾਂਦਾ ਜੋ ਵੀ ਖਰੀਦਿਆ ਜਾਂਦਾ ਕੱਪੜੇ ਵਾਲੇ ਹੋ ਗਏ ਤੇ ਫਿਰ ਮਠਿਆਈ ਵਾਲੇ ਘਰੀਅਨੇ ਵਾਲੇ ਫਿਰ ਬਿਊਟੀ ਪਾਰਲਰਾਂ ਵਾਲੇ ਤੇ ਇਸ ਤੋਂ ਇਲਾਵਾ ਹੋਰ ਜਿੱਦਾਂ ਲੱਕੜੀ ਦਾ ਸਮਾਨ ਆ ਕੁਝ ਜਾਲ ਲੋਹੇ ਦਾ ਇਲੈਕਟ੍ਰੋਨਿਕ ਦਾ ਇਹ ਸਾਰਾ ਸਮਾਨ ਨਾ ਸੁਨਿਆਰੇ ਆ ਇਹ ਸਾਰਾ ਕੁਝ ਜਿਹੜਾ ਮੂਵੀ ਮੇਕਰ ਛੱਡ ਦਿੰਦੇ ਤੁਸੀਂ ਹਾਂਜੀ ਮੂਵੀ ਵਾਲ। ਮਤਲਬ ਇਹ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਆ। ਡੈਕੋਰੇਸ਼ਨ ਦੇ ਨਾਲ ਵਿਆਹਾਂ ਦੇ ਲਈ ਡੈਕੋਰੇਸ਼ਨ 100 ਤਰ੍ਹਾਂ ਦੀ ਆ। 100 ਤਰ੍ਹਾਂ ਦੇ ਕੰਮ ਜਿੰਨੇ ਕਿ ਮੈਂ ਗਿਣਾਈ ਆ ਇਹ ਤੋਂ 10 ਗੁਣਾ ਜ਼ਿਆਦਾ ਲੋਕਾਂ ਦੇ ਕੰਮ ਜਿਹੜੇ ਆ ਉਹ ਪੈਲਸਾਂ ਵਿਆਹਾਂ ਦੇ ਨਾਲ ਜੁੜੇ ਆ ਤੇ ਉਹ ਸਾਰੇ ਹੀ ਕੰਮ ਜਿਹੜੇ ਆ ਪ੍ਰਭਾਵਿਤ ਹੋਏ ਆ। ਹੂੰ। ਔਰ ਉਹਨਾਂ ਸਾਰਿਆਂ ਨੂੰ ਬਹੁਤਿਆਂ ਨੇ ਕੰਮ ਬਦਲੀ ਕੀਤੇ ਆ ਤੇ ਬਹੁਤੇ ਵਿਚਾਰੇ ਬੇਰੁਜ਼ਗਾਰ ਹੋ ਗਏ, ਬੈਠੇ ਆ ਬਹੁਤ ਔਖਾ ਟਾਈਮ ਉਹਨਾਂ ਦਾ ਜੜਨਾ ਕਰੀਆ। ਸਾਨੂੰ ਵੀ ਉਸ ਤੋਂ ਬਾਅਦ ਅਸੀਂ ਸਿਰਫ ਇੱਕ ਫੰਕਸ਼ਨ ਆਪਣਾ ਸਾਡਾ ਰੱਖ ਲਓ ਉਹ ਕਰਦਾ ਹੀ ਫੰਕਸ਼ਨ ਸੀਗਾ ਅਸੀਂ ਕੋ 50 ਬੰਦਿਆਂ ਦਾ ਸਰਕਾਰ ਦੀਆਂ ਹਦਾਇਤਾਂ ਅਨਸਾਰ ਕੀਤਾ ਤੇ ਉਦਾਂ ਖਾਲ ਜਿਹੜਾ ਆ ਉਹ ਬੜਾ ਮਾੜਾ ਚੱਲਿਆ ਤੇ ਇੱਕ ਇਹ ਵੀ ਸੀਗਾ ਵੀ ਆ ਜਿਹੜਾ ਸਮਾ ਸੀਗਾ ਸਰਦੀਆਂ ਸ਼ੁਰੂ ਹੋਣ ਵਾਲੀਆਂ ਹੈਗੀਆਂ ਬਰਸਾਤ ਦਾ ਇਹਨਾਂ ਦਿਨਾਂ ਦੇ ਵਿੱਚ ਸਾਈਆਂ ਵੀ ਬਹੁਤ ਹੁੰਦੀਆਂ ਮੰਨ ਕੇ ਚੱਲੀਏ ਕਿ ਇਹ ਸੀਜ਼ਨ ਖਰਾਬ ਹੋ ਗਿਆ ਬਿਲਕੁਲ ਜੀ ਇਹ ਇਹ ਸਾਰਾ ਸੀਜ਼ਨ ਤਾਂ ਖਰਾਬ ਅਸੀਂ ਗਿਣਦੇ ਆ ਕਿਉਂਕਿ ਅੱਜ ਅਗਰ ਹਾਲਾਤ ਨੋਰਮਲ ਵੀ ਹੋ ਜਾਂਦੇ ਆ ਫਿਰ ਵੀ ਲੋਕਾਂ ਦੇ ਮਨ ਵਿੱਚ ਇਹ ਕਿਉਂਕਿ ਇਹ ਬਿਮਾਰੀ ਜਿਹੜੀ ਆ ਆਪਾਂ ਸਾਰੇ ਜਾਣਦੇ ਆ ਜਿੱਦਾਂ ਹੁਣ ਬਈ ਇੱਕ ਲਾਗਾ ਲੱਗ ਰਿਹਾ ਲਾਗੀ ਤਾਂ ਹਰ ਕੋ ਬਚਣਾ ਚਾਹੁੰਦਾ ਔਰ ਮੇਰੇ ਖਿਆਲ ਬਚਣਾ ਵੀ ਚਾਹੀਦਾ ਆ ਹੈਨਾ ਫਿਰ ਦੂਜੀ ਗੱਲ ਇਹ ਆ ਬਈ ਜਿੰਨਾਂ ਕੋਣ ਸਰਕਾਰ ਨੇ ਹਦਾਇਤ ਕੀਤੀ ਆ ਬਸ ਉਨੇਕ ਨਾ ਕੁਝ ਬੰਦੇ ਜਿਹੜੇ ਆ ਉਹ ਬਹੁਤੀ ਤੱਕਰਾਂ ਚ ਵੀ ਕਰ ਰਹੇ ਆ ਤੇ ਕੋਈ ਵਿਰਲਾ ਵਾਂਝਾ ਜਿਹੜਾ ਆ ਉਹ ਪੈਲਸ ਦੇ ਵਿੱਚ ਆ ਰਿਹਾ ਉਹ ਵੀ ਮਤਲਬ 50 ਦੀ ਗੈਦਰਿੰਗ ਦੇ ਲਈ ਜਿਵੇਂ ਜਿਹੜੇ ਪ੍ਰਾਈਵੇਟ ਸਕੂਲ ਲੈ ਲਈਏ ਯੂਨੀਵਰਸਟੀਆਂ ਲੈ ਲਈਏ ਜਿਹਦਾ ਸਰਕਾਰ ਦੀ ਹਦệਤਾ ਨਹੀਂ ਕਿ ਜਿਹੜੇ ਤੁਹਾਡੇ ਕਰਮਚਾਰੀ ਹੈਗੇ ਜਾਂ ਮਾਸਟਰ ਦੇ ਅਪ ਕਲੈਕਚਰ ਆ ਰਹੇਗੇ ਨੇ ਉਹਨਾਂ ਨੂੰ ਤਨਖਾਹ ਤੁਸੀਂ ਦੇਣੀ ਦੇਣੀ ਆ ਪਰ ਇੱਥੇ ਤਾਂ ਸਾਰੇ ਕੰਟਰੈਕਟ ਬੇਸ ਤੇ ਨੇ ਜਿਹੜੇ ਜਿੰਨੇ ਤੁਸੀਂ ਕੈਟਾਗਰੀਜ਼ ਬਣਾਈਆਂ ਹੈਗੀਆਂ ਉਹ ਵਿਚਾਰੇ ਫਿੱਕਾ ਦਾ ਗੁਜ਼ਾਰਾ ਕਰਦੇ ਹੋਣਗੇ ਦੇਖੋ ਉਹ ਰੱਬ ਆਸ ਰਹੀਆ ਮੈਨੂੰ ਤਾਂ ਇਦਾਂ ਲੱਗਦਾ ਵੀ ਉਹ ਰੱਬ ਆਸਰੇ ਹੀ ਉਹਨਾਂ ਨੇ ਟਾਈਮ ਪਾਸ ਕੀਤਾ ਜਿੱਦਾਂ ਹੁਣ ਪਿਛਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਜੀ ਹੁਣ ਆਪਾਂ ਪਿੰਡਾਂ ਦੀ ਗੱਲ ਕਰੀਏ ਮੈਂ ਅੱਜ ਤੋਂ ਪਹਿਲਾਂ ਜਦੋਂ ਆਪਾਂ ਗੱਲ ਕੀਤੀ ਸੀ ਇੱਕ ਵਾਰ ਸਾਡੇ ਤੁਸੀਂ ਪਿੰਡ ਤਲਵੰਡੀ ਫਤੂ ਮੇਰਾ ਪਿੰਡ ਹੈ ਉੱਥੇ ਤੁਸੀਂ ਤੁਸੀਂ ਆਏ ਸੀ ਮੈਂ ਉੱਥੇ ਵੀ ਇਹੀ ਗੱਲ ਕੀਤੀ ਸੀ ਕਿ ਇਸ ਲੋਕਡਾਉਨ ਦਾ ਇਸ ਕਰਫਿਊ ਦਾ ਜਿਹੜਾ ਸਭ ਤੋਂ ਵੱਧ ਨੁਕਸਾਨ ਜਿਹੜੀ ਸਭ ਤੋਂ ਵੱਧ ਮਾਰ ਪਈ ਆ ਉਹ ਮੱਧ ਵਰਗ ਨੂੰ ਪਈ ਆ ਇੱਥੇ ਮੈਂ ਮੱਧ ਵਰਗ ਇਹ ਕਲੀਅਰ ਕਰ ਦੇਵਾਂ ਵੀ ਜੋ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਗਿਣਤੀ ਮੈਂਂਤੀ ਹੋਈ ਆ ਉਹ ਮੱਧ ਵਰਗ ਨਹੀਂ ਮੈਂ ਗਿਣਦਾ ਇੱਕ ਛੋਟੇ ਲੈਵਲ ਤੇ ਪਿੰਡ ਲੈਵਲ ਤੇ ਕਸਬੇ ਦਾ ਸ਼ਹਿਰ ਲੈਵਲ ਤੇ ਪਿੰਡ ਲੈਵਲ ਤੇ ਜਿਹੜਾ ਮੱਧ ਵਰਗ ਆ ਪਿੰਡਾਂ ਦੇ ਵਿੱਚ ਜਿੱਦਾਂ ਕੁੱਝ ਕਾਰ ਹੁੰਦੇ ਆ ਉਹ ਬੈਲ ਸ ਸਰਕਤ ਨੂੰ ਚੰਗਾ ਕੰਮ ਕਰਨ ਦਾ ਹੁੰਦਾ ਉਹ ਹੁੰਦੇ ਆ ਤੇ ਕੁਛ ਕਰ ਇਹੋ ਜਿਹੇ ਹੁੰਦੇ ਜਿਹੜੇ ਜ਼ਿਆਦਾ ਜ਼ਿਆਦਾ ਗਰੀਬ ਹੁੰਦੇ ਆ ਹਨਾ ਹੈਂਡ ਟੂ ਮਾਉਥ ਵਾਲੇ ਹੁੰਦੇ ਆ ਤੇ ਉਹ ਲੋ ਲੇਬਰ ਆ ਪਾ ਗਣਦੇ ਆ ਤੇ ਬਹੁ ਗਣਤੀ ਜਿਹੜੀ ਆ ਉਹ ਮੱਧ ਵਰਗ ਦਰਮਿਆਨੇ ਜਿਹੜੇ ਜਿਨ੍ਹਾਂ ਦਾ ਕੰਮ ਕੁਛ ਹੱਦ ਤੱਕ ਠੀਕ ਹੁੰਦਾ ਆਪਣਾ ਗੁਜ਼ਾਰਾ ਕਰੀ ਰਿਹਾ ਕਰੀ ਜਾ ਰਿਹਾ ਹੈ ਕਿਸੇ ਤੇ ਬੋਝ ਨਹੀਂ ਬੰਦਦਾ ਉਹ ਮੱਧ ਵਰਗ ਚ ਆ ਗਿਆ ਉਹ ਸਭ ਤੋਂ ਵੱਧ ਮੇਰੇ ਖਿਆਲ ਚ ਸਭ ਤੋਂ ਵੱਧ ਨੁਕਸਾਨ ਉਸ ਕੈਟਾਗਰੀ ਦਾ ਹੋਇਆ ਕਿਉਂਕਿ ਹੁਣ ਜਿੱਦਾਂ ਗਰੀਬ ਵਰਗ ਜਿਹੜਾ ਸੀ ਜਿੱਦਾਂ ਹੁਣ ਮੈਂ ਦੂਰ ਕੀ ਜਾਣਾ ਮੇਰੇ ਇੱਕ ਦੋਸਤ ਆ ਉਹ ਮੇਰੇ ਨਾਲ ਗੱਲ ਕਰਦਾ ਸੀ ਪਿੱਛੇ ਜੇ ਮੇਰੇ ਕੋ ਆ ਕੇ ਕਿੰਨਾ ਸਾਡੇ ਪਿੰਡ ਪੰਚਾਇਤ ਵੱਲੋਂ ਮੋਹਤਵਾਰਾਂ ਵੱਲੋਂ ਐਨਆਰਏ ਵੱਲੋਂ ਪੰਜ ਵਾਰ ਮਤਲਬ ਉਹ ਘਰ ਚੁਣ ਕੇ ਉਹਨਾਂ ਨੂੰ ਰਾਸ਼ਨ ਦਿੱਤਾ ਗਿਆ ਔਰ ਪੰਜ ਵਾਰ ਜਿੱਦ ਹੁਣ ਪਿੰਡਾਂ ਚ ਗਰੁੱਪ ਬਾਜੀ ਵੀ ਹੁੰਦੀ ਨਾ ਦੂਸਰੇ ਗਰੁੱਪ ਵੱਲੋਂ ਵੀ ਕਹਿੰਦਾ ਪੰਜ ਵਾਰ ਦਿੱਤਾ ਗਿਆ ਉਹੀ ਲੋਕਾਂ ਨੂੰ ਰਾਸ਼ਨ ਮਤਲਬ ਚਲੋ ਉਹਨਾਂ ਦਾ ਗਰੀਬ ਬੰਦੇ ਦਾ ਗੁਜ਼ਾਰਾ ਵਧੀਆ ਹੋਇਆ ਕੁਝ ਗੱਲਾਂ ਵਿੱਚ ਫਿਰ ਤੁਹਾਡੇ ਕਹਿਣ ਦੇ ਮੁਤਾਬਕ ਉਹੀ ਗੱਲ ਆ ਗਈ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਦੀ ਵਾਰੀ ਦੂਜੀ ਵਾਰੀ ਵੀ ਰਾ ਗਈ ਤੀਜੀ ਵਾਰੀ ਵੀ ਰਾ ਗਈ ਚੌਥੀ ਵਾਰੀ ਜਿਹੜਾ ਮੱਧ ਵਰਗ ਦਾ ਬੰਦਾ ਆ ਉਹਨਾ ਮੰਗ ਕੇ ਰਾਜੀ ਆ ਕਿਸੇ ਕੋਲ ਤੇ ਉਹ ਦੇਖਣ ਵਾਲੇ ਨੂੰ ਵੀ ਲੱਗਦਾ ਹੁੰਦਾ ਵੀ ਇਹਦਾ ਘਰ ਚੰਗਾ ਹੈਗਾ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਕਿਉਂਕਿ ਜਿਹੜਾ ਮੱਧ ਵਰਗ ਆ ਉਹੋ ਕਿਸੇ ਤੋਂ ਮੰਗੇਗਾ ਵੀ ਨਹੀਂ ਔਰ ਦੂਜੀ ਗੱਲ ਕਿਸੇ ਦਾਨੀ ਸੱਜਣ ਦਾ ਚ ਕੋਈ ਕਸੂਰ ਨਹੀਂ ਕਿਸੇ ਸਮਾਜ ਸੇਵੀ ਜਥੇਬੰਦੀ ਦਾ ਕਸੂਰ ਨਹੀਂ ਸਰਕਾਰ ਦਾ ਵੀ ਚਲੋ ਇਦਾਂ ਰੱਖ ਲਓ ਕਿਉਂਕਿ ਦੇਖਣ ਨੂੰ ਲੱਗਦਾ ਹੁੰਦਾ ਵੀ ਇਹ ਠੀਕ ਠਾਕ ਆ ਇਹਦਾ ਚੱਲਦਾ ਗੁਜ਼ਾਰਾ ਹਨਾ ਔਰ ਉਹ ਮੰਗੇਗਾ ਨਹੀਂ ਉਹਦਾ ਨੁਕਸਾਨ ਜਾਦੇ ਹੋਇਆ ਉਹਨੂੰ ਤਾਂ ਕਿਸੇ ਨੇ ਦਿੱਤਾ ਨਹੀਂ ਸਰਕਾਰ ਵੱਲੋਂ ਵੀ ਜਿੰਨੀ ਕੁ ਲੇਟ ਲਤੀਫੀ ਤੋਂ ਵੀ ਜਿਹੜੀ ਹੈਲਪ ਆਈ ਆ ਕੁਸ਼ ਕਿੱਟਾਂ ਜਿਹੜੀਆਂ ਬਾਅਦ ਵਿੱਚ ਆਈਆਂ ਉਹ ਵੀ ਉਸੇ ਵਰਗ ਨੂੰ ਆਈਆਂ ਚਲੋ ਇੱਕ ਗੱਲ ਤਾਂ ਚੰਗੀ ਆ ਕਿ ਉਹ ਵਰਗ ਜਿਹੜਾ ਜ਼ਿਆਦਾ ਗਰੀਬ ਸੀ ਉਹ ਉਹਦਾ ਫਾਇਦਾ ਤਾਂ ਹੋਇਆ ਵਟ ਜਿਹੜਾ ਮੱਧ ਵਰਗ ਆ ਉਹਦੀ ਨਹੀਂ ਕਿਸੇ ਨੇ ਸਾਰ ਕਿ ਨਾ ਉਦਲੀ ਸਰਕਾਰ ਨੇ ਜਿੰਨੀਆਂ ਇੱਕ ਹੁਣ ਕੁਝ ਥੋੜੀ ਬਹੁਤੀ ਹੈਲਪ ਆਈ ਆ ਪਿੰਡਾਂ ਦੇ ਵਿੱਚ ਉਹ ਨਾ ਕਾਫੀ ਆ ਔਰ ਇੱਕ ਗੱਲ ਮੈਂ ਹੋਰ ਜਦੋਂ ਸਾਡੇ ਪਿੰਡ ਦੀ ਮੈਂ ਆਪਣੇ ਪਿੰਡ ਦੀ ਦੱਸਦਾ ਸਾਡੇ ਪਿੰਡ ਦੇ ਵਿੱਚ ਜਦੋਂ ਕਿਹੇ ਲੋਕਡਾਊਨ ਸ਼ੁਰੂ ਹੋਇਆ ਪਿੰਡ ਦੀ ਪੰਚਾਇਤ ਨੇ ਮੋਤਵਾਰਾਂ ਨੇ ਤੇ ਐਨਆਰਏ ਨੇ ਰਲ ਕੇ ਕੁਝ ਪੈਸੇ ਇਕੱਠੇ ਕਰਕੇ ਤੇ ਕਾਫੀ ਲੋਕਾਂ ਨੂੰ ਰਾਸ਼ਨ ਦਿੱਤਾ ਉਹਦੇ ਵਿੱਚ ਚਲੋ ਕੁਝ ਬੰਦੇ ਜਿਹੜੇ ਕੁਝ ਠੀਕ ਸੀ ਉਸ ਵੇਲੇ ਉਹਨਾਂ ਦਾ ਕੰਮ ਰੁਕ ਗਿਆ ਸੀ ਚਲੋ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਪਾਈਵੰਦੀ ਤੌਰ ਤੇ ਉਹਨਾਂ ਨੂੰ ਵੀ ਰਾਸ਼ਨ ਜਿਹੜਾ ਅ ਕਿੱਟਾਂ ਬਣਾ ਕੇ ਦਿੱਤੀਆਂ ਉਸ ਤੋਂ ਬਾਅਦ ਵਿੱਚ ਫਿਰ ਸਾਡੇ ਪਿੰਡ ਦੇ ਜਿਹੜਾ ਸਾਫਕਾ ਸਰਪੰਚਾ ਹਰਮਿੰਦਰ ਸਿੰਘ ਉਹਨਾਂ ਦੇ ਨਾਲ ਇੱਕ ਦੋ ਕ ਐਨ ਆਰ ਆਈ ਜਾਂ ਹੋਰ ਬੰਦੇ ਇਹਨਾਂ ਨੇ ਰਲ ਕੇ ਆਪਣੇ ਵੱਲੋਂ ਵੱਖਰੀ ਤੌਰ ਤੇ ਲੋਕਾਂ ਦੀ ਹੈਲਪ ਕੀਤੀ ਹੈ ਨਾ ਵੱਖਰੀ ਤੌਰ ਤੇ ਕਿੱਟਾਂ ਦਿੱਤੀਆਂ ਉਸ ਤੋਂ ਬਾਅਦ ਵਿੱਚ ਕੁਝ ਸਰਕਾਰ ਵੱਲੋਂ ਵੀ ਥੋੜੀ ਬਹੁਤੀ ਸਹਾਇਤਾ ਕੁਝ ਲੋਕਾਂ ਨੂੰ ਆ ਗਿਆ ਦਾਣੇ ਆ ਗਿਆ ਜਾਂ ਕਈਆਂ ਨੂੰ ਸਿਲੰਡਰ ਆ ਗਿਆ ਹੈ ਨਾ ਚਲੋ ਕੁਝ ਨਾ ਕੁਝ ਹੋਇਆ ਪਰ ਇਹ ਸਰਕਾਰ ਵੱਲੋਂ ਨਾ ਕਾਫੀ ਹੋਇਆ ਕੁਝ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲ ਤੇ ਉਹਨਾਂ ਵੱਲੋਂ ਵੀ ਕੁਝ ਹੈਲਪ ਹੋ ਗਈ ਆ ਪਰ ਮੈਨੂੰ ਇਦਾਂ ਲੱਗਦਾ ਇੱਕ ਕੰਮ ਜਿਹੜਾ ਉਹ ਮੈਨੂੰ ਜਿਹੜਾ ਵਧੀਆ ਲੱਗਾ ਸਾਡੇ ਪਿੰਡ ਇੱਕ ਕੋਈ ਬੀਬੀ ਆ ਹੁਣ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਉਹ ਐਨਆਰਆਈ ਬੀਬੀ ਆ ਉਹਨਾਂ ਨੇ ਪੱਛੂ ਪਰਿਵਾਰ ਚੋਂ ਹਾਂ ਜ਼ਿਆਦਾ ਆ ਪੱਛੂ ਪਰਿਵਾਰ ਚੋਂ ਉਹਨਾਂ ਨੇ ਆਪਣੇ ਪਿੰਡ ਵਾਸਤੇ ਕੁਝ ਪੈਸੇ ਭੇਜੇ ਸੀ ਕਿ ਲੋਕਾਂ ਨੂੰ ਰਾਸ਼ਨ ਦੇ ਦਿੱਤਾ ਜਾਵੇ ਪਰ ਜਿਹੜੇ ਮੋਰਲੇ ਪ੍ਰਬੰਧਕ ਸੀ ਉਹਨਾਂ ਨੇ ਇੱਕ ਵਧੀਆ ਸਕੀਮ ਵਰਤੀ ਉਹਨਾਂ ਨੇ ਕਿਹਾ ਵੀ ਮੁਫਤ ਰਾਸ਼ਨ ਦੇਣ ਦੀ ਜਗ੍ਹਾ ਇੱਕ ਹੋਰ ਸਕੀਮ ਉਹਨਾਂ ਨੇ ਇਹ ਲਾਈ ਵੀ ਰਾਸ਼ਨ ਖਰੀਦ ਕੇ ਉਹਦੇ ਵਿੱਚੋਂ 20 30% ਲੈਸ ਕਰਕੇ ਸਾਰੇ ਪਿੰਡ ਵਾਸਤੇ ਇੱਕ ਦੁਕਾਨ ਖੁੱਲੀ ਉਹ ਉਹਦੇ ਵਿੱਚ ਫਿਰ ਗਰੀਬ ਅਮੀਰ ਨਹੀਂ ਦੇਖਿਆ ਟੋਟਲੀ ਵੰਡ ਲਈ ਉਹਦੇ ਵਿੱਚ ਨਹੀਂ ਕੁਝ ਦੇਖਿਆ ਉਹ ਉਹਦਾ ਫਾਇਦਾ ਸਾਰੇ ਤਲਵੰਡੀ ਫਤੂ ਪਿੰਡ ਨੇ ਲਿਆ ਔਰ ਇੱਕ ਵਧੀਆ ਗੱਲ ਆ ਮੈਨੂੰ ਲੱਗਦਾ ਵੀ ਇਹ ਇਹ ਆਈਡੀਆ ਜਿਹੜਾ ਬਹੁਤ ਵਧੀਆ ਆ ਇਹਦਾ ਫਾਇਦਾ ਹਰੇਕ ਬੰਦਾ ਲੈ ਸਕਦਾ ਦੇਖੋ ਹੁਣ ਜੇ ਸਾਡੇ ਪਿੰਡ ਜਾਂ ਕਿਸੇ ਹੋਰ ਪਿੰਡ ਵੀ ਹੋ ਸਕਦਾ ਇਦਾਂ ਦਾ ਕੰਮ ਹੋਇਆ ਹੋਵੇ ਮਤਲਬ ਇਹਦੇ ਨਾਲ ਕੀ ਹੋਇਆ ਜਿਹੜੀ ਚੀਜ਼ ਆਪਾਂ ਬਾਜ਼ਾਰ ਤੋਂ 100 ਰੁਪਏ ਦੀ ਖਰੀਦੀ ਸੀ ਉਹ ਲੋਕਾਂ ਨੂੰ ਚਲੋ 70 65 ਚਲਣੀ ਨਹੀਂ ਗਈ ਦੂਜਾ ਥੋੜੀ ਜਿਹਾ 25 30 ਰੁਪਏ 100 ਮਗਰ ਫਰਕ ਪਿਆ ਉਹ ਲੋਕਾਂ ਨੇ ਉਸ ਚੀਜ਼ ਦਾ ਫਾਇਦਾ ਲਿਆ ਬਹੁਤ ਚੰਗੀ ਸ਼ਾਬਾਸ਼ ਗੱਲ ਵਾਲੀ ਗੱਲ ਹੈਗੀ ਆ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਇਦਾਂ ਦੇ ਅਪਰਾਲੇ ਕੀਤੇ ਨੇ ਜਿਨ੍ਹਾਂ ਨੇ ਇਸ ਕੰਟਰੋਲ ਰੇਟ ਤੇ ਵੀ ਅਪਰਾਲਾ ਕੀਤਾ ਔਰ ਜਿਨ੍ਹਾਂ ਨੇ ਘਰ ਘਰ ਜਾ ਕੇ ਉਸ ਔਖੀ ਘੜੀ ਦੇ ਵਿੱਚ ਜਿਹੜੀ ਮਦਦ ਵੀ ਕੀਤੀ ਉਹਨਾਂ ਦੇ ਵਿੱਚ ਸ਼ਾਬਾਸ਼ ਬਣਦੀ ਹੈਗੀ ਆ ਜਿਵੇਂ ਬਹੁਤ ਸਾਰੇ ਪੈਰਸ ਵਾਲੇ ਜਿਆਦਾ ਕਰਕੇ ਆਮ ਜੇ ਪੰਜਾਬ ਦੇ ਵਿੱਚ ਦੇਖੀ ਜਿਆਦਾ ਬਿਜ਼ਨਸ ਜਿਹ ਤਾਂ ਤੇ ਡਿਪੈਂਡ ਹੈ ਤੇ ਜਿਹੜੇ ਪੈਲਸਾਂ ਵਾਲੇ ਜਾਂ ਹੋਰ ਤੁਹਾਡੇ ਵਰਗੇ ਜਿਹੜੇ ਬਿਜ਼ਨਸਮੈਨ ਹੈਗੇ ਨੇ ਜਾਂ ਇਦਾਂ ਉਪਰਾਲਾ ਕਰਕੇ ਬੈਠੇ ਹੋ ਆਪਾਂ ਪੈਲਸ ਵਰਗੇ ਜਾਂ ਹੋਰ ਵੀ ਬਿਜ਼ਨਸ ਹੈਗੇ ਆ ਤੇ ਉਹ ਫਿਰ ਲੋਨ ਕਿਵੇਂ ਮੇਨਟੇਨ ਕਰਦੇ ਹੋਣਗੇ ਕਿਸ਼ਤਾਂ ਆ ਗਈਆਂ ਸਾਰਾ ਹੋਰ ਜਿਹੜੇ ਖਾਤੇ ਹੈਗੇ ਨੇ ਉਹ ਕਿਤਾ ਮੇਨਟੇਨ ਕਰਦੇ ਹੋਣਗੇ ਦੇਖੋ ਇਹ ਤਾਂ ਮੇਰੇ ਖਿਆਲ ਚ ਇਹਦੀ ਮਾਰ ਵੱਡੇ ਸਾਰੇ ਬਿਜ਼ਨਸਮੈਨਾਂ ਨੂੰ ਪਈ ਆ ਕਿਉਂਕਿ ਬੈਂਕ ਨੇ ਅਗਰ ਕਿਹਾ ਤਾਂ ਕਿਸ਼ਤਾਂ ਲੇਟ ਦੇ ਦਿਓ ਪਰ ਕਿਸ ਤਾਂ ਤਾਂ ਗਵਰਨਮੈਂਟ ਰੇ ਲੈਣੀਆਂ ਆ ਲੈਟ ਦੇ ਨਾਲ ਵਿਆਜ ਵੀ ਲੱਗ ਰਿਹਾ ਬਿਲਕੁਲ ਜੀ ਬਿਲਕੁਲ ਵਿਆਜ ਵੀ ਲੱਗ ਰਿਹਾ ਉਹ ਸਾਰਾ ਬੋਝ ਜਿਹੜਾ ਆ ਬਿਜ਼ਨਸਮੈਨਾਂ ਨੂੰ ਪਿਆ ਉਹ ਗੱਲ ਵੱਖਰੀ ਆ ਕਿ ਜਿਹੜੇ ਵੱਡੇ ਬਿਜ਼ਨਸਮੈਨ ਹੁੰਦੇ ਉਹ ਥੋੜਾ ਜਿਹਾ ਉਹਨਾਂ ਨੂੰ ਮਤਲਬ ਕਹਿ ਲਓ ਕੋਈ ਥੋੜਾ ਜਿਹਾ ਘੱਟ ਫਰਕ ਪੈਂਦਾ ਦਿਸਦਾ ਘੱਟ ਆ ਪਰ ਜਿਹੜਾ ਗਰੀਬ ਬੰਦਾ ਆ ਉਹ ਬਿਲਕੁਲ ਦਿਵਾਲੀਆ ਹੋ ਜਾਂਦਾ ਚਲੋ ਉਹੀ ਫੇ ਮੱਧ ਵਰਗ ਵਾਲੀ ਬਸ ਗੱਲ ਉਹੀ ਫੇ ਮੱਧ ਵਰਗ ਦੀ ਆ ਜਾਂਦੀ ਗਰੀਬ ਬੰਦਾ ਫਟਾਫਟ ਦਿਵਾਲੀਆ ਹੋ ਜਾਂਦਾ ਉਹਦੇ ਕਿਉਂਕਿ ਉਹਦੇ ਕੋਲ ਬੈਕਅਪ ਨਹੀਂ ਹੁੰਦਾ ਤਕੜਾ ਬੰਦਾ ਚਲੋ ਬੈਕਅਪ ਹੁੰਦਾ ਉਹਦੇ ਨਾਲ ਕਿਸੇ ਤਰ੍ਹਾਂ ਉਹ ਸੰਭਲ ਜਾਂਦਾ ਪਰ ਮਾਰ ਜਿਹੜੀ ਆ ਉਹ ਹਰੇਕ ਵਰਗ ਨੂੰ ਪਈ ਆ ਕਿਸੇ ਨੂੰ ਕੱਟ ਕਿਸੇ ਨੂੰ ਵੱਧ ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ ਜੀ ਥੈਂਕ ਯੂ ਜੀ ਥੈਂਕ ਯੂ ਜੀ ਇਹ ਇਹ ਹਾਲਾਤ ਜਿਹੜੇ ਪੰਜਾਬ ਦੇ ਅੰਦਰ ਪੈਲਸਾਂ ਵਾਲੇ ਨੇ ਪੈਲਸਾਂ ਦੇ ਨਾਲ ਜੁੜੇ ਕਿੰਨੇ ਸੈਂਕੜੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਪੈਲਸ ਦੇ ਵਿੱਚ ਫੰਕਸ਼ਨ ਹੋਣ ਤੇ ਰੋਟੀ ਰੋਜੀ ਕਮਾਉਣੀ ਹੁੰਦੀ ਹੈ ਉਹ ਸਾਰੇ ਹੋਰ ਕੰਮ ਵੀ ਨਹੀਂ ਕਰ ਸਕਦੇ ਜੇ ਹੋਰ ਕੰਮ ਵੀ ਹੈ ਤਾਂ ਉਹ ਕਰਨ ਤਾਂ ਕੀ ਕਰਨ ਬੜੀ ਸਮੱਸਿਆ ਬਣੀ ਹੈ ਇੱਥੇ ਸਰਕਾਰਾਂ ਨੇ ਜਿਵੇਂ ਤਲਵੰਡੀ ਸਾਹਿਬ ਨੇ ਦੱਸਿਆ ਹੈ ਕਿ ਬਹੁਤ ਸਰਕਾਰਾਂ ਨੇ ਜਾਂ ਲੀਡਰ ਸਾਹਿਬਾਨਾਂ ਨੇ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਦੇ ਹਾਲਾਤ ਨਹੀਂ ਦੇਖਣ ਦੀ ਕੋਸ਼ਿਸ਼ ਕੀਤੀ ਤੇ ਜੇ ਵਨ ਡੇ ਆ ਵੀ ਹੈ ਰਚਣ ਤੇ ਉਹ ਕਿਵੇਂ ਹੈ ਸਰਕਾਰਾਂ ਨਾਲੋਂ ਐਨ ਆਰ ਆਈਜ਼ ਦਾ ਪਿੰਡ ਦੇ ਦਾਨੀ ਸੱਜਣਾ ਵੱਲੋਂ ਜ਼ਿਆਦਾ ਸਹਿਯੋਗ ਕੀਤਾ ਗਿਆ ਇਹ ਮੈਨੂੰ ਆਸ ਹੈ ਕਿ ਸਰਕਾਰਾਂ ਇਸ ਵਿਸ਼ੇ ਵੱਲ ਵਿਸ਼ੇਸ਼ ਧਿਆਨ ਦੇਣਗੀਆਂ ਇਹ ਜਿਹੜੇ ਵੱਡੇ ਵੱਡੇ ਪੈਲਸ ਨੇ ਇਨਾਂ ਨਾਲ ਜਿਹੜੇ ਜੁੜੇ ਹੋਏ ਮਜ਼ਦੂਰ ਲੋਕ ਹੈਗੇ ਨੇ ਉਹ ਵੱਖ-ਵੱਖ ਉਹ ਭਾਵੇਂ ਡੈਕੋਰੇਸ਼ਨ ਹੈ ਡੈਕੋਰੇਟਰ ਹੈ ਜਾਂ ਉਹ ਲਾਈਟਿੰਗ ਵਾਲੇ ਆ ਜਾਂ ਉਹ ਵੇਟਰ ਹੈਗੇ ਨੇ ਜਾਂ ਹੋਰ ਜਿਹੜੇ ਵੱਖ-ਵੱਖ ਇਹਦੇ ਨਾਲ ਜੁੜੇ ਹੋਏ ਕੰਮ ਹੈਗੇ ਉਮੀਦ ਹੈ ਕਿ ਸਰਕਾਰਾਂ ਜਿਹੜੀਆਂ ਧਿਆਨ ਦੇਣਗੀਆਂ ਤੁਸੀਂ ਦੇਖਦੇ ਰਹੋ ਐਨਕੇਨ ਟੀਵੀ ਮੈਂ ਤੁਹਾਡਾ ਆਪਣਾ ਨਿਰਮਲ ਗੁੜਾ ਸਤਿ ਸ੍ਰੀ ਅਕਾਲ ਜੀ